ਮੋਗਾ ਦੇ ਵਿੱਚ ਇੱਕ ਸਕੂਟਰੀ ਸ਼ੋਰੂਮ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦੇ 15 ਤੋਂ 20 ਲੱਖ ਦਾ ਨੁਕਸਾਨ ਹੋ ਗਿਆ। ਮੋਗਾ ਦੇ ਵਿੱਚ ਅੱਜ ਸਵੇਰੇ ਇਹ ਘਟਨਾ ਵਾਪਰੀ ਜਿੱਥੇ ਸ਼ਾਰਟ ਸਰਕਟ ਹੋਣ ਦੀ ਵਜ੍ਹਾ ਦੇ ਨਾਲ ਸਕੂਟਰੀ ਸ਼ੋਰੂਮ ਦੇ ਵਿੱਚ ਭਿਆਨਕ ਅੱਗ ਲੱਗ ਗਈ। ਦੱਸ ਦਈਏ ਕਿ ਮੌਕੇ ਦੇ ਉੱਤੇ ਪਹੁੰਚੀਆਂ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਬੜੀ ਹੀ ਮੁਸ਼ਕਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਅਗਨੀਕਾਂਡ ਦੇ ਵਿੱਚ 15 ਤੋਂ 20 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉੱਥੇ ਇਸ ਮੌਕੇ ਸ਼ੋਰੂਮ ਦੇ ਮਾਲਕ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਅੱਗ ਲੱਗੀ ਅਤੇ ਉਹਨਾਂ ਦਾ ਕਿੰਨਾ ਨੁਕਸਾਨ ਹੋ ਗਿਆ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਓਮ ਪ੍ਰਕਾਸ਼ ਜੀ, ਕੀ ਕੰਮ ਕਰਦੇ ਹੋ? ਇਹ ਤੇ ਮਕੈਨਿਕ ਦਾ ਕੰਮ ਕਰਦੇ ਆ ਜੀ। ਅੱਗ ਲੱਗੀ ਆ ਫੈਕਟਰੀ ਉਹ ਕਿੱਦਾਂ ਲੱਗੀ, ਕੀ ਕਾਰਨ? ਉਹ ਸ਼ਾਰਟ ਸਰਕਟ ਹੀ ਹੋ ਗਈ। ਪਹਿਲਾਂ ਪਤਾ ਨਹੀਂ ਸੀਗਾ ਵੀ ਇਦਾਂ? ਨਹੀਂ, ਪਹਿਲਾਂ ਕਦੇ ਹੋਏ ਨਹੀਂ, ਉਹ ਅਚਾਨਕ ਹੀ ਹੋ ਗਿਆ ਜੀ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ 15 ਤੋਂ 20 ਲੱਖ ਰੁਪਏ ਦਾ ਹੋ ਗਿਆ ਜੀ। ਆ ਜੀ, ਮੈਂ ਸਕੂਟਰ ਸਾਡੇ ਕੋਲ ਆਇਆ, 4 ਪੀਸ ਤਿਆਰ ਕੀਤੇ ਸੀ। ਆਇਆ ਇਹ ਜੇ ਲੈਣ ਦੇਣ ਨੂੰ, ਅੱਜ ਕੱਲ੍ਹ ਕੰਪੀਟੀਸ਼ਨ ਦਾ ਜ਼ਮਾਨਾ ਕੁਛ ਨਹੀਂ ਹੈਗਾ ਜੀ, ਅਤੇ ਅੱਜ ਤੁਹਾਡੇ ਸਾਹਮਣੇ ਹੀ ਹੈਗਾ ਜੀ। ਕਿੰਨੀਆਂ ਕੁ ਸਕੂਟਰੀਆਂ ਸੜੀਆਂ? ਇਹ 30 ਤੋਂ 40 ਸੜ ਗਏ। ਨੁਕਸਾਨ 15 ਤੋਂ 20 ਲੱਖ ਰੁਪਏ ਦਾ ਹੋ ਗਿਆ ਜੀ। ਫਾਇਰ ਬ੍ਰਿਗੇਡ ਪਹੁੰਚ ਗਈ? ਮੌਕੇ 'ਤੇ ਫਾਇਰ ਬ੍ਰਿਗੇਡ ਉਦੋਂ ਹੀ ਆ ਗਈ ਸੀ ਜੀ। ਕੀ ਨਾਮ ਹੈ ਤੁਹਾਡਾ? ਬਲਵਿੰਦਰ ਸਿੰਘ ਜੀ। ਦੁਕਾਨ ਨੂੰ ਅੱਗ ਲੱਗੀ ਹੈ, ਕਿਸ ਤਰ੍ਹਾਂ ਲੱਗੀ, ਕਿੰਨਾ ਕੁ ਨੁਕਸਾਨ ਹੋਇਆ? ਮੈਂ ਨਾ ਸੁਬਹਾ ਉੱਠਿਆ ਸੀ, ਸਾਈਕਲ ਚਲਾਉਣ ਜਾਂਦਾ ਹੁੰਦਾ ਸੁਬਹਾ, ਜਦੋਂ ਮੈਂ ਉੱਠਿਆ ਤਾਂ ਅੰਦਰ ਧੂੰਆਂ ਸੀ, ਦੇਖਿਆ ਪਲੱਗਾਂ ਨੂੰ ਅੱਗ ਲੱਗੀ ਸੀ, ਸ਼ਾਰਟ ਸਰਕਟ ਹੋ ਗਿਆ। ਉਹ ਬਸ ਵੇਂਹਦੇ ਮੈਂ ਸ਼ਟਰ ਤਾਂ ਚੱਕਿਆ, ਇੱਕਦਮ ਹਵਾ ਪੈ ਗਈ, ਹਵਾ ਪੈਣ ਦੇ ਨਾਲ ਆਕਸੀਜਨ ਮਿਲ ਗਈ, ਇੱਕਦਮ ਅੱਗ ਭੜਕ ਪਈ, ਸਾਈਕਲ ਨੂੰ ਲੱਗ ਗਈ, ਸਪੇਅਰ ਪਾਰਟ ਨੂੰ ਲੱਗ ਗਈ। 15-20 ਮਿੰਟਾਂ 'ਚ ਸਾਰਾ ਕੁਛ ਵੇਂਹਦੇ ਹੀ ਹੋ ਗਿਆ। ਕਿੰਨੀਆਂ ਕੁ ਨੁਕਸਾਨ ਹੋਇਆ ਜੇ ਦੇਖਿਆ? ਨੁਕਸਾਨ ਤਕਰੀਬਨ 15-20 ਲੱਖ ਦਾ, ਕਿਉਂਕਿ ਸਾਰਿਆਂ ਨੂੰ ਹੀਟ ਪੈ ਗਈ, ਪਲਾਸਟਿਕ ਦੇ ਸਕੂਟਰ ਹੁੰਦੇ ਆ, ਬੋਡੀ ਪਲਾਸਟਿਕ ਦੀ ਆ, ਇਸ ਕਰਕੇ ਬਹੁਤ ਸਾਰਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਮੌਕੇ 'ਤੇ, ਉਹ ਤਾਂ ਉਸੇ ਕਰਕੇ ਬਚਾਅ ਹੋ ਗਿਆ ਕਿਉਂਕਿ ਇੱਕ ਵਿਅਕਤੀ ਸੀ ਸਾਡੇ ਗੁਆਂਢ ਦੀਪਾ, ਉਹ ਮਿੰਟ ਵਿੱਚ ਹੀ ਲੈ ਕੇ ਆ ਗਿਆ, 10 ਮਿੰਟ 'ਚ ਫਾਇਰ ਬ੍ਰਿਗੇਡ ਆ ਗਈ, ਉਹ 10 ਮਿੰਟਾਂ 'ਚ ਵੇਂਹਦੇ ਸਾਰਾ ਕੁਛ ਹੋ ਗਿਆ। ਕਿੰਨੀਆਂ ਕੁ ਸਕੂਟਰੀਆਂ ਸੜ ਚੁੱਕੀਆਂ ਜੇ ਦੇਖਿਆ ਜਾਵੇ? ਹਾਂ, ਤਕਰੀਬਨ 30-40 ਜੀ। ਪਹਿਲਾਂ ਤੁਹਾਨੂੰ ਪਤਾ ਨਹੀਂ ਸੀਗਾ ਵੀ ਇੱਦਾਂ ਪਲੱਗ ਪਲੁੱਗ ਦਾ? ਨਹੀਂ ਨਹੀਂ, ਐਸਾ ਕੁਛ ਨਹੀਂ ਸੀਗਾ ਜੀ, ਇੱਕਦਮ ਹੀ ਉਹ ਤਾਂ ਹੋਇਆ ਸਾਰਾ ਕੁਛ।